15-20 ਸਾਲ ਹੋ ਗਏ ਜੋ ਪਹਿਲਾਂ ਮੈਂ ਗਿਆ। ਅੱਛਾ। ਉਦੋਂ ਮੈਂ 3 ਮਹੀਨਿਆਂ ਦਾ, ਮੈਨੂੰ ਖੋਲੇ ਦਿੱਤੀ ਸੀ। 3 ਮਹੀਨੇ ਲੈ ਕੇ ਆਇਆ ਮੈਂ ਉੱਥੇ। ਉੱਥੇ 50 ਸਾਲ ਬਾਅਦ ਆਪਣੀ ਭੈਣ ਨੂੰ ਮਿਲੇ ਜਾ ਕੇ ਮਿਲੇ। ਹਾਂ। ਤੇ ਫਿਰ ਜਿਹੜੇ ਮਿਲੇ ਸੀ ਕਿਵੇਂ, ਕੀ ਹੋਇਆ ਸੀ ਉਹ? ਮਿਲੇ ਜਾ ਬਾ ਬਟੂਆ ਵੀ ਉਹਨੇ ਘੱਲਿਆ, ਸਭ ਕੁਛ ਉਸਨੇ ਘੱਲਿਆ। ਵਿਖਾਓ ਨਾ ਆਪਣੇ ਹੱਥੀ ਫੜ ਕੇ, ਇਹਨਾਂ ਨੂੰ ਦਿਖਾਓ ਜਰਾ ਸਾਨੂੰ ਇੱਥੇ। ਹਾਂ, ਇਹ ਫਿਰ ਤੁਹਾਡੇ ਨਾਲ ਮਹਿੰਦਰ ਸਿੰਘ ਕੌਡੀ ਖੇਡਦਾ ਹੁੰਦਾ ਸੀ? ਹਾਂਜੀ ਹਾਂਜੀ। ਅੱਛਾ, ਠੀਕ ਹੈ ਠੀਕ ਹੈ। ਪੈਸੇ ਕਿੱਥੇ ਤੁਹਾਨੂੰ ਉੱਥੇ ਦਿੱਤੇ ਸੀ ਗਿਆ ਨੂੰ? ਇੱਥੇ ਰੇਟ ਚ ਕੱਲੇ ਉਹਨੇ ਫਿਰ। ਅੱਛਾ, ਤੁਹਾਡੇ ਆਉਣ ਤੋਂ ਬਾਅਦ ਪੈਸੇ ਵਿਖਾਓ ਸਾਨੂੰ ਕੱਢ ਕੇ, ਕਿਹੜੇ ਪੈਸੇ ਕੱਲਿਆ ਤੁਹਾਨੂੰ ਮਹਿੰਦਰ ਸਿੰਘ ਨੇ? ਇੱਥੇ ਆਪਦੇ ਕੋਲ ਕੋਲ ਹੀ ਰੱਖੋ ਇਹਨਾਂ ਨੂੰ। ਅੱਛਾ ਜੀ, ਵਾਹ ਜੀ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ। ਇਹ ਪੈਸੇ ਉਹਨੇ ਕਿਉਂ ਘੱਲੇ ਸੀ ਤੁਹਾਨੂੰ? ਵੀ ਬਰਤਨ ਉਹਨੂੰ ਵੀ ਖਾ ਪੀ ਲਵੇ। ਅੱਛਾ, ਸਮੇਂ ਵਾਹ ਜੀ ਵਾਹ। ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ। ਦੇਸੀ ਇਨਫੋਟੇਨਰ ਚੈਨਲ ਨਾਲ ਜੁੜੇ ਹੋਏ ਸਾਰੇ ਮਿੱਤਰਾਂ ਦੇ ਨਾਲ ਇੱਕ ਵਾਰੀ ਫੇਰ ਤੁਹਾਡਾ ਬੇਲੀ ਖਿਆਮ ਚੌਹਾਨ। ਬਾਬਾ ਜੀ ਅਲੀ ਮੁਹੰਮਦ ਜੱਗਾ ਦੀ ਕਹਾਣੀ ਵਿੱਚ ਪਿਆਰ ਮੁਹੱਬਤ ਦੇ ਫੁੱਲਾਂ ਦੀ ਮਹਿਕ ਵੀ ਏ ਅਤੇ ਨਫ਼ਰਤ ਦੀ ਅੱਗ ਦਾ ਸੇਕ ਵੀ। ਸੰਨ 47 ਵਿੱਚ ਭੈਣ ਤੋਂ ਵਿਛੜ ਜਾਣ ਦਾ ਰੋਗ ਵੀ ਏ ਅਤੇ 50 ਸਾਲ ਬਾਅਦ ਜਾ ਕੇ ਮਿਲਣ ਦੀ ਵੱਡੀ ਖੁਸ਼ੀ ਵੀ। ਆਪਣੀ ਜੰਮਣ ਭੋਇਓ ਤੋਂ ਉਜਾੜੇ ਦੀਆਂ ਪੀੜਾਂ ਵੀ ਨੇ ਅਤੇ ਦੁਬਾਰਾ ਪਿੰਡ ਵੇਖਣ ਗਏ ਤਾਂ ਜੋ ਪਿਆਰ ਪਿੰਡ ਦੇ ਲੋਕਾਂ ਨੇ ਦਿੱਤਾ ਉਹ ਵੀ ਰੂਹ ਰਾਜ਼ੀ ਕਰ ਦਿੰਦਾ ਹੈ। ਆਪਣੀ ਮਿਸਾਲ ਆਪ ਕਹਾਣੀ ਸੁਣਨ ਲਈ ਆਓ ਮਿਲਦੇ ਹਾਂ ਬਾਬਾ ਜੀ ਅਲੀ ਮੁਹੰਮਦ ਜੱਗਾ ਦੇ ਨਾਲ। ਦੇਸੀ ਇਨਫੋਟੇਨਰ ਨਾਲ ਜੁੜੇ ਹੋਏ ਸਾਰੇ ਮਿੱਤਰੋ, ਅੱਜ ਅਸੀਂ ਪਹੁੰਚੇ ਹਾਂ ਚੱਕ ਨੰਬਰ 463 EB ਬੂਰੇ ਵਾਲਾ, ਔਰ ਸਾਡੇ ਨਾਲ ਬੈਠੇ ਹੋਏ ਨੇ ਬਾਬਾ ਜੀ ਅਲੀ ਮੁਹੰਮਦ, ਜਿਨ੍ਹਾਂ ਨੂੰ ਨਿੱਕੇ ਹੁੰਦਿਆਂ ਜੱਗਾ ਵੀ ਕਹਿੰਦੇ ਸੀ। ਅਲੀ ਮੁਹੰਮਦ ਦੇ ਪਿਓ ਦਾ ਨਾਂ ਸੱਜਣ ਏ, ਕੌਮ ਮਲਕ ਤੇਲੀ ਏ। ਜਿਹੜਾ ਪਿਛੋਕੜ ਦਾ ਪਿੰਡ ਏ ਉਹ ਢੁੱਡੀ, ਤਹਿਸੀਲ ਫਰੀਦਕੋਟ ਸੀ, ਜ਼ਿਲ੍ਹਾ ਵੀ ਫਰੀਦਕੋਟ। ਔਰ ਅਲੀ ਮੁਹੰਮਦ ਦੀ ਉਮਰ ਇਸ ਵੇਲੇ 85 ਵਰ੍ਹੇ ਹੈ। ਇਹਨਾਂ ਦੀ ਵੀ ਇੱਕ ਭੈਣ ਵਿਛੜ ਗਈ ਸੀ ਇਹਨਾਂ ਤੋਂ 1947 ਵਿੱਚ, ਉਹ ਹਿੰਦੁਸਤਾਨ ਵਿੱਚ ਰਹਿ ਗਈ ਸੀ, ਔਰ ਬੀਬੀ ਉਹਦਾ ਨਾਂ ਸੀ। ਔਰ ਜਿਸ ਲਈ ਇਹ ਹਾਲਾਤ ਬਿਆਨ ਕੀਤੇ ਜਾਂਦੇ ਨੇ ਬਾਬਾ ਜੀ ਦੀ ਅੱਖਾਂ 'ਚੋਂ, ਹੰਝੂ ਅੱਜ ਵੀ ਇਵੇਂ ਵਗਦੇ ਨੇ ਜਿਵੇਂ ਕੋਈ ਦਰਿਆ ਵਗਦਾ ਹੁੰਦਾ ਹੈ। ਕਹਾਣੀ ਦੁੱਖ ਭਰੀ ਏ, ਦੁੱਖ ਅੱਜ ਵੀ ਤਾਜ਼ਾ ਨੇ। 70 ਵਰ੍ਹੇ ਲੰਘ ਗਏ ਨੇ, ਨਾ ਮੈਥੋਂ ਰਿਕਾਰਡ ਕੀਤੀ ਜਾਂਦੀ ਹੈ, ਨਾ ਮੈਥੋਂ ਦੱਸੀ ਜਾਂਦੀ ਹੈ, ਨਾ ਸੁਣੀ ਜਾਂਦੀ ਹੈ। ਪਰ ਹਰ ਉਹ ਬੰਦਾ ਜਿਹਦੇ ਸੀਨੇ ਵਿੱਚ ਇੱਕ ਦਿਲ ਹੈ ਦੁੱਖ ਨੂੰ ਮਹਿਸੂਸ ਕਰਨ ਵਾਲਾ, ਦਰਦ ਨੂੰ ਮਹਿਸੂਸ ਕਰਨ ਵਾਲਾ, ਇਹੋ ਜਿਹੀਆਂ ਕਹਾਣੀਆਂ ਸੁਣ ਕੇ ਦਿਲ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਨਫ਼ਰਤ ਮਸਲੇ ਦਾ ਹੱਲ ਨਹੀਂ ਹੈ, ਪਿਆਰ ਅਤੇ ਮੁਹੱਬਤ ਸਭ ਕੁਝ ਹੈ। ਇਹ ਹੀ ਦਰਸ ਦਿੱਤਾ ਹੈ ਸੰਤਾਂ ਸਾਧੂਆਂ ਨੇ, ਇਹ ਹੀ ਦਰਸ ਦਿੱਤਾ ਹੈ ਵਲੀਆਂ ਨੇ, ਅਤੇ ਸਾਨੂੰ ਅੱਜ ਵੀ ਯਕੀਨ ਪੈਦਾ ਕਰਨਾ ਚਾਹੀਦਾ ਕਿ ਪਿਆਰ ਅਤੇ ਮੁਹੱਬਤ ਨਾਲ ਹੀ ਦਿਲਾਂ ਨੂੰ ਜੋੜਿਆ ਜਾ ਸਕਦਾ ਹੈ। ਨਫ਼ਰਤ ਨਾਲ ਦੁਨੀਆ 'ਚ ਕੁਝ ਫਤਿਹ ਨਹੀਂ ਹੁੰਦਾ ਅਤੇ ਮੁਹੱਬਤ ਨਾਲ ਦਿਲ ਜਿੱਤੇ ਜਾ ਸਕਦੇ ਨੇ। ਜਿਹੜਾ ਬੰਦਾ ਦਿਲ ਜਿੱਤ ਲਏਗਾ ਉਹ ਪੂਰੀ ਦੁਨੀਆ ਜਿੱਤ ਲਏਗਾ। ਬਾਬਾ ਜੀ ਪਿੰਡ ਢੁੱਡੀ ਸੀ ਆਪਣਾ ਪਿਛਲਾ, ਆਸੇ ਪਾਸੇ ਦੇ ਕਿਹੜੇ ਪਿੰਡ ਸੀ? ਸੂਬੇ ਦਾ ਕੋਟ ਸੀ, ਸੂਬੇ ਦਾ ਕੋਟ। ਹਾਂ, ਬੱਗਿਆਣਾ ਸੀ, ਬੱਗਿਆਣਾ ਔਲਖ ਸੀ, ਠੀਕ ਹੈ। ਇੱਧਰ ਨੂੰ ਜਿਉਣ ਵਾਲਾ ਸੀ, ਇੱਧਰ ਨੂੰ ਲੰਡੇ ਰੋਡੇ ਸੀ। ਅੱਛਾ, ਇੱਧਰ ਨੂੰ ਪੰਜ ਜੀ ਨੱਥੂ ਵਾਲਾ ਸੀ ਜਿੱਥੇ ਨਹਿਰ ਚ ਮਾਰੇ ਆ, ਹੈਂ। ਇੱਧਰ ਨੂੰ ਫਿਰ ਮੁਦਕੀ ਸੀ, ਉੱਥੇ ਮਾਰੇ ਬੰਦੇ। ਫਿਰ ਹੈਗਾ ਸੀ
ਉੱਚੀਆਂ ਨੀਵੀਆਂ ਪਰਸੈਂਟੀਆਂ ਉੱਥੇ ਬਹੁਤ ਦੁਨੀਆਂ ਮਾਰੀ। ਠੀਕ ਹੈ ਠੀਕ ਹੈ। ਅੱਛਾ ਮੈਂ ਆਪਾਂ ਪਹਿਲੇ ਪਿੰਡਾਂ ਦੇ ਨਾਂ ਦੱਸ ਰਹੇ ਹਾਂ। ਹਾਂਜੀ ਪਿੰਡ। ਅੱਛਾ ਇਹ ਦੱਸੋ ਵੀ ਜਿਹੜਾ ਪਿੰਡ ਤੁਹਾਡਾ ਢੁੱਡੀ ਸੀ, ਹਾਂਜੀ ਇਹਨੂੰ ਕੋਈ ਲੋਕ ਢੁੱਡੀ ਕੇ ਵੀ ਕਹਿੰਦੇ ਸੀ ਜਾਂ ਢੁੱਡੀ ਕਹਿੰਦੇ ਸੀ? ਇਹ ਜਿਹੜਾ ਫਰੀਦਕੋਟ ਰਾਜਾ ਸੀ ਨਾ, ਇਹ ਹਰੀਕਾ ਵੱਜਦਾ ਸੀ, ਢੁੱਡੀ ਦੇ ਵਿੱਚ ਪੈਦੇ ਹੋ ਗਏ ਉੱਥੇ। ਠੀਕ ਹੈ। ਇਹ ਪਿੰਡ ਢੁੱਡੀ ਵਿੱਚ ਕਿੰਨੇ ਕੁ ਘਰ ਸੀ? ਅੱਧੇ ਮੁਸਲਮਾਨਾਂ ਦੇ, ਅੱਧੇ ਸਿੱਖਾਂ ਦੇ। ਅੱਧੇ ਘਰ ਮੁਸਲਮਾਨਾਂ ਦੇ ਸੀ, ਅੱਧੇ ਸਿੱਖਾਂ ਦੇ ਸੀ? ਸਿੱਖਾਂ ਦੇ। ਠੀਕ ਹੈ। ਅੱਛਾ ਇਹ ਦੱਸੋ ਵੀ ਢੁੱਡੀ ਵਿੱਚ ਮੁਸਲਮਾਨਾਂ ਦੀਆਂ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸੀ? ਇਹ ਜੈਦ ਵੱਜਦੇ ਸੀ, ਸਿੰਧੂ ਜੈਦ। ਸਿੰਧੂ? ਹਾਂ ਸਿੰਧੂ ਜੈਦ, ਉਹਨਾਂ ਦੀਆਂ ਪੈਲੀਆਂ ਚੰਗੀਆਂ ਬੜੀਆਂ। ਤੇ ਮੁਸਲਮਾਨ ਸੀ? ਮੁਸਲਮਾਨ। ਸਿੰਧੂ ਜੱਟ ਸੀ? ਹਾਂਜੀ ਹਾਂਜੀ। ਠੀਕ ਹੈ ਠੀਕ। ਉਹ ਫਿਰ ਜਰਕੇ ਇੱਧਰ ਆ ਗਏ, ਉਹ ਵੀ ਆ ਗਏ ਉੱਠ? ਹਾਂਜੀ, ਉਹਨਾਂ ਚੋਂ ਕੋਈ ਨਹੀਂ ਮਰਿਆ ਮੁਰਿਆ, ਸਿੱਧੇ ਆ ਗਏ। ਠੀਕ ਹੈ। ਜਿਹੜਾ ਅਸੀਂ ਬੈਠੇ ਰਹੇ, ਅਸੀਂ ਨਹੀਂ ਗਏ, ਸਾਨੂੰ ਲੋਕ ਜਾਂਦੇ ਉਹ ਆਪਣਾ ਚੰਗਾ ਪਲਾ ਗਿਆ, ਤੁਸੀਂ ਚਲੋ, ਅਸੀਂ ਨਹੀਂ ਜਾਂਦੇ, ਸਾਡਾ ਬਾਪ ਆਉਂਦਾ ਇੱਥੇ, ਸਾਨੂੰ ਕੋਈ ਮਾਰੂ ਆਣ ਕੇ। ਅਸੀਂ ਜਦੋਂ ਫਿਰ ਆ ਗਈ ਨਾ ਬੈਂਟਰੀ, ਉਹ ਸਾਰੇ ਪਿੰਡਾਂ ਦੇ ਇਕੱਠੇ ਕਰਕੇ ਅਤੇ ਐਂ ਕਰ ਦਿੱਤਾ ਮੁਕਤਸਰ ਨੂੰ। ਅੱਛਾ ਇਹ ਤਾਂ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਵੀ ਤੁਸੀਂ ਉੱਥੋਂ ਕਿਵੇਂ ਨਿਕਲੇ। ਉਹ ਦੱਸੋ 1947 ਜਦੋਂ ਵੰਡ ਹੋਈ ਹੈ ਜੀ, ਮੈਂ ਉਸ ਟਾਈਮ ਦੇ ਪਿੰਡ ਦਾ ਪੁੱਛਦਾ ਪਿਆ ਵੀ ਉਸ ਵੇਲੇ ਪਿੰਡ 'ਚ ਕਿਹੜੀਆਂ ਕਿਹੜੀ ਕੌਮਾਂ ਆਬਾਦ ਸੀ? ਇਹ ਜਿਹੜੇ ਸੀ ਮੁਸਲਮਾਨ, ਇਹ ਵੀ ਉਦੋਂ ਵਾਹੀ ਕਰਦੇ ਸੀ, ਸਿੱਖ ਸੀ ਮੁਸਲਮਾਨਾਂ ਦੇ ਵਿੱਚ। ਇੱਕ ਤਾਂ ਸਿੰਧੂ ਜੱਟ ਸੀ, ਤੁਹਾਡੀ ਕੌਮ ਤੇਲੀ ਸੀ। ਹਾਂਜੀ। ਤੇਲੀਆਂ ਦੇ ਘਰ ਕਿੰਨੇ ਸੀ? ਦੋ ਘਰ ਸੀ। ਦੋ ਘਰ ਸੀ। ਹੋਰ ਮੁਸਲਮਾਨਾਂ ਦੀ ਕਿਹੜੀ ਕੌਮ ਸੀ? ਮੁਸਲਮਾਨਾਂ ਦੇ ਮੁਸਲਮਾਨ ਜੈਦ ਸਿੰਧੂ ਜੈਦ ਸੀ, ਸਿੰਧੂ ਜੈਦ ਬਹੁਤ। ਉਹਨਾਂ ਦੇ ਘਰ ਕਿੰਨੇ ਸੀ? ਉਹਨਾਂ ਦਾ ਕੋਈ 60-70-80 ਘਰ ਸੀ। ਅੱਛਾ ਇਹ ਦੱਸੋ ਬਈ ਸਿੱਖਾਂ ਤੇ ਮੁਸਲਮਾਨਾਂ ਦੇ ਆਪਸ ਚ ਤਾਲੁਕਾਤ ਕਿਸ ਤਰ੍ਹਾਂ? ਬਹੁਤ ਸੀ, ਬਹੁਤ ਹੀ ਜ਼ਿਆਦਾ ਸੀ। ਉਦੋਂ ਕਿਸੇ ਨੂੰ ਪਿੰਡ ਦੇ ਵਿੱਚ ਕਿਸੇ ਨੂੰ ਨਹੀਂ ਮਾਰਿਆ। ਨਹੀਂ, ਉਦੋਂ ਪਹਿਲੇ ਦੀ ਗੱਲ ਆਪਾਂ ਕਰ ਰਹੇ ਹਾਂ, ਪਹਿਲਾਂ ਦੀ ਜੀ। ਹਾਂ ਬਹੁਤ ਕਤਲ ਸੀ, ਨਹੀਂ ਸੀ ਮਾਰਦੇ, ਨਹੀਂ ਕਰਦੇ, ਭਰਾਵਾਂ ਵਾਂਗੂ ਇਕੱਠੇ ਰਹਿੰਦੇ। ਅੱਛਾ ਠੀਕ ਹੈ, ਬਿਲਕੁਲ ਠੀਕ ਹੈ। ਠੀਕ ਹੈ। ਤੇ ਪਿੰਡ ਦੇ ਵਿੱਚ ਤੁਹਾਨੂੰ ਨਾਂ ਯਾਦ ਨੇ ਕੋਈ ਸਿੱਖਾਂ ਦੇ, ਕੋਈ ਮੁੰਡਿਆਂ ਦੇ ਜਿਹੜੇ ਤੁਹਾਡੇ ਨਾਲ ਖੇਡਦੇ ਸੀ? ਉਹ ਜੀ ਉਹਨਾਂ ਦੇ ਮੁੰਡੇ ਜਿਹੜੇ ਖੇਡਦੇ ਨਾ, ਉਹ ਮਰ ਗਏ, ਉਹਨਾਂ ਦੇ ਮਾਂ ਪਿਓ ਦਾ ਚੇਤੇ ਆ, ਸਾਰਿਆਂ ਦੇ ਚੇਤੇ ਆ, ਮੈਂ ਦੱਸ ਦਿੰਦਾ ਤੁਹਾਨੂੰ। ਕੀ ਦੱਸੋ? ਬੂੜ ਸਿਓ। ਬੂੜ ਸਿਓ? ਹਾਂ। ਤੇ ਰੂੜਾ। ਰੂੜਾ। ਹਾਂ ਗੰਗਾ ਸਿਓ ਉਹਦਾ ਪਿਓ ਚਾਚਾ। ਠੀਕ ਹੈ। ਹੈਂ ਗਾਂ ਦਾ ਫੀਨੂ ਜੱਟ। ਫੀਨੂ ਜੱਟ ਜਿਹਨੇ ਫਰੀਦਕੋਟ ਰਾਜੇ ਦੀਆਂ ਥੈਲੀਆਂ ਕੱਢੀਆਂ ਸੀ। ਅੱਛਾ। ਫੀਨੂ ਜੱਟ ਉਹਦਾ ਭਰਾ ਪੱਦੀ। ਹੈਂ ਉਹਦਾ ਭਰਾ ਇੱਕ ਘੁਲਦਾ ਹੁੰਦਾ ਸੀ ਨਾਲ ਡੇਰਾ, ਉਹਦਾ ਭਰਾ ਇੱਕ ਸੂਗੇ ਦੇ ਕੋਲ ਲੈਂਦਾ ਸੀ, ਅੱਲਾ ਦਾ ਪਿਆਰਾ ਸੀ ਉਹ। ਤੇ ਗਾਂ ਆ ਗਿਆ ਲੁਹਾਰਾਂ ਦਾ ਘਰ ਹੀਰੇ ਸ਼ਾਹ। ਗਾਂ ਆ ਗਿਆ ਸੁੰਦਰ ਢਿੱਲੋਂ। ਗਾਂ ਆ ਗਿਆ ਜੁੱਤੀਆਂ ਸੋਣ ਵਾਲਾ ਹੈ ਮੋਚੀ। ਉਹਦਾ ਨਾਂ ਕੀ ਸੀ? ਉਹਦਾ ਨਾਂ ਸੀ, ਚਲੋ ਨਹੀਂ ਆਉਂਦਾ ਤਾਂ ਖੈਰ ਹੈ। ਅਗਾਂ ਅਗਾਂ ਆ ਗਿਆ, ਇੱਧਰ ਆ ਗਿਆ ਸੁੱਚਾ ਸਿਓ। ਸੁੱਚਾ ਸਿਓ ਜੱਟ। ਇੱਧਰ ਆ ਗਿਆ ਸੂਬੇਦਾਰ ਉਹਦਾ ਭਰਾ। ਉਦੋਂ ਭਰਾ ਆ ਗਿਆ ਗੰਗਾ ਜਿਹੜਾ ਗਾਉਂਦਾ ਹੁੰਦਾ ਸੀ। ਗੰਗਾ ਗੰਗਾ ਹਰੀਕਾ ਗੰਗਾ ਹਰੀਕਾ ਗੰਗਾ ਗਾਉਂਦਾ ਹੁੰਦਾ ਸੀ, ਗਾਉਂਦਾ ਹੁੰਦਾ ਸੀ। ਅੱਛਾ ਤੇ ਗਾਂ ਆ ਗਿਆ ਸੁੰਦਰ ਢਿੱਲੋਂ। ਤੇ ਇੱਧਰ ਨੂੰ ਆ ਗਿਆ ਉਹ ਆ ਗਿਆ ਚਾਨਣ ਮਾਰਿਆ, ਚਾਨਣ ਜਲਾਇਆ। ਚਾਨਣ ਜੁਲਾਇਆ? ਹਾਂ। ਇਲਮਾ ਜੁਲਾਇਆ। ਇਲਮਾ ਜੁਲਾਇਆ? ਹਾਂ। ਇਹ ਮੁਸਲਮਾਨ ਸੀ? ਮੁਸਲਮਾਨ। ਅੱਛਾ ਅੱਛਾ। ਚਲੋ ਇਹ ਦੱਸੋ ਜੀ ਵੀ ਤੁਹਾਡਾ ਸਭ ਤੋਂ ਚੰਗਾ ਬੇਲੀ ਕਿਹੜਾ ਸੀ ਉੱਥੇ, ਜਿਹੜਾ ਘੁਲਦਾ ਸੀ ਤੁਹਾਡੇ ਨਾਲ ਕਬੱਡੀ ਖੇਲਦਾ ਸੀ ਸਿੱਖਾਂ ਮੁੰਡਿਆਂ ਚੋਂ? ਸਿੱਖਾਂ ਦੇ ਬਹੁਤ ਜਣੇ ਜੀ ਖੇਡਦੇ ਸੀ। ਉਹ ਇੱਕ ਸੀ ਪਾਲੋ, ਉਹ ਸੀ ਮੁੰਡਾ ਜਿਹੜਾ ਪਾਲੋ ਤੇ ਸ਼ਰੀਫ ਤੇ ਲਾਲ ਤੇ ਮੋਰ ਤੇ ਪੂਰਨ, ਪੰਜ ਭਰਾ ਸੀ। ਅੱਛਾ। ਸੇਵੇ ਦੇ ਪੁੱਤਰ ਸੀ ਇਹ। ਸੇਵਾ ਸਿੰਘ ਦੇ? ਸੇਵਾ ਸਿੰਘ ਦੇ। ਠੀਕ ਹੈ ਠੀਕ ਹੈ। ਤੇ ਗਾਂ ਉਹਦੇ ਘਰ ਸੀ ਸ਼ਾਮੇ ਦੇ ਮੁੰਡੇ, ਇੱਕ ਜੁੱਲੀ ਇੱਕ ਪੀਦਾ, ਸਾਡੇ ਨਾਲ ਜਿਹੜੇ ਖੇਡਦੇ ਹੁੰਦੇ ਸੀ। ਅੱਛਾ। ਸ਼ਾਮੇ ਦੇ ਪੁੱਤਰ ਤੇ ਸ਼ਾਮੇ ਦਾ ਪਿਓ ਸੀ ਗਜੋਤਾ। ਅੱਛਾ। ਫਿਰ ਇਹ ਗਲੀ ਚ ਆ ਜਾ, ਇਹ ਗਲੀ ਚ ਸੀ ਬੰਤਾ।
ਚੋਰ ਡਾਕੂ। ਠੀਕ ਹੈ। ਉਹਦਾ ਪੁੱਤਰ ਸੀ ਗੁਰਦੇਵ। ਗੁਰਦੇਵ, ਗੁਰਦੇਵ। ਫਿਰ ਉਦੋਂ ਇੱਧਰ ਆ ਗਿਆ ਉਹ ਜਿਹੜਾ ਸੀ ਨਾ ਗੁਰਦੇਵ ਦਾ ਚਾਚਾ ਸੀਗਾ ਰਹਿੰਦਾ, ਗਾਹ ਆ ਗਿਆ ਫਿਰ ਮੌਜੂ ਲਵਾਰ ਦਾ ਘਰ। ਅੱਛਾ। ਹਾਂ, ਉੱਥੋਂ ਆ ਗਿਆ ਫਿਰ ਮੇਊ, ਮੇਊ ਜੱਟ। ਅੱਛਾ। ਮੇਊ ਜੱਟ ਕੱਲੂ ਦਾ ਪਿਓ ਨਹੀਂ, ਸਿੱਖ ਸੀ ਜੀ। ਅੱਛਾ, ਠੀਕ। ਇਹ ਦੱਸੋ ਬਈ ਪਹਿਲੇ ਤਾਲੁਕਾ ਠੀਕ ਸੀ ਤੁਹਾਡੇ, ਆਪਸ ਮਿਲੇ ਨੇ, ਵਰਤਨ ਵੀ ਸੀ, ਰਲ ਕੇ ਰਹਿਣਾ, ਰਲ ਕੇ ਬਹਿਣਾ। 1947 ਚ ਜਿਹੜੇ ਹਾਲਾਤ ਖਰਾਬ ਹੋਏ ਨੇ, ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਹਾਲਾਤ ਖਰਾਬ ਹੁੰਦੇ ਪਏ ਨੇ? ਦੁਨੀਆਂ ਜੀ ਬਾਹਰ ਚਲੀ ਜਾਂਦੀ ਸੀ, ਉਜੜ ਗਈ ਸੀ। ਜਿਹੜਾ ਇਹਨੇ ਫਰੀਦਕੋਟ ਇਹਨੇ ਗਾਵਲੇ ਕਰ ਦਿੱਤੇ ਵੀ ਚਲੋ ਉੱਠੋ ਉੱਠੋ ਉੱਠੋ। ਅੱਛਾ, ਸਾਡਾ ਘਰ ਨਹੀਂ ਉੱਠਿਆ। ਠੀਕ ਹੈ। ਅਸੀਂ ਬੈਠੇ, ਸਾਡਾ ਪਿਓ ਆਖਣ ਲੱਗਾ ਇੱਥੇ ਕੋਈ ਆਪਾਂ ਨੂੰ ਜ਼ੁਰਤ ਵਾਲਾ ਆਣ ਕੇ ਮਾਰੂਗਾ, ਰੇਗ ਨਹੀਂ ਮਾਰ ਸਕਦਾ, ਅਸੀਂ ਨਹੀਂ ਉੱਠਣਾ। ਜਦੋਂ ਪੁਲਿਸ ਆ ਗਈ ਨਾ, ਉਹਨਾਂ ਨੇ ਆਖਿਆ ਉੱਠੋ ਐਂ ਬਦੂਖਾ ਮਾਰੋ ਜੀ, ਸਾਡੇ 13 ਘੜੇ ਪਾਣੀ ਦੇ ਜੀ, ਪਾਣੀ ਪੀਣ ਦੇ ਮਾਰੇ ਘੜੇ ਪਾਣ ਦਿੱਤੇ, ਜਿੰਦਰੇ ਅਸੀਂ ਆਪੇ ਲਾ ਦਿੰਦੇ, ਨਾ ਕੱਪੜੇ ਧੋਤੇ ਤੇ ਨਾ ਕੀਤੇ। ਲੋਕਾਂ ਨੇ ਨਹੀਂ ਉਠਾਇਆ, ਪੁਲਿਸ ਨੇ ਉਠਾਇਆ ਸੀ? ਪੁਲਿਸ ਨੇ ਉਠਾਇਆ, ਹੈਂ ਦਿਨ ਦੇ 12 ਵਜੇ ਉਠਾ। ਤੇ ਜਿਹੜੇ ਉੱਥੋਂ ਦੇ ਲੋਕ ਸੀ ਉਹ ਆਸੇ ਪਾਸੇ ਲੋਕ ਗਏ ਵਿਚਾਰੇ, ਉਹ ਵੀ ਡਰਦੇ। ਉਹਨਾਂ ਨੇ ਤੁਹਾਨੂੰ ਕੁਝ ਨਹੀਂ ਆਖਿਆ? ਕੁਛ ਨਹੀਂ ਆਖਿਆ, ਮਾਰਿਆ ਨਹੀਂ ਪਿੰਡ? ਨਾ ਨਾ, ਪਿੰਡ ਵਾਲਿਆਂ ਨੇ ਤੁਹਾਨੂੰ ਪੁਲਿਸ ਨੇ ਉਠਾਇਆ? ਪੁਲਿਸ ਨੇ ਉਠਾਇਆ, ਘਰੋਂ ਕੱਢ ਦਿੱਤਾ? ਘਰੋਂ ਕੱਢ। ਅੱਛਾ, ਸਾਰਿਆਂ ਪਿੰਡਾਂ ਦੇ ਇਕੱਠੇ ਕਰਕੇ ਨਾ ਫਿਰ ਘੱਲਿਆ ਸਾਨੂੰ ਮੁਕਤਸਰ ਨੂੰ। ਮੁਕਤਸਰ ਦੇ ਵਿੱਚ ਦੀ ਗਾਂ ਬੀਕਾਨੇਰ ਦੇ ਵਿੱਚ ਦੀ 8 ਦਿਨ ਅਸੀਂ ਪਾਕਿਸਤਾਨ ਜਾ ਸਕਦੇ। 8 ਦਿਨ ਆਏ ਸੀ? ਨਾ ਨਾ, 8 ਦਿਨ ਅਸੀਂ ਆ ਸਕਦੇ ਸੀ। ਸਜ਼ਾ ਤੇ ਅਸੀਂ ਗਾਵਲਾ ਜਦੋਂ ਸਾਡਾ ਬੈਠਾ ਨਾ, ਬਦੂਖਾ ਵਾਲੇ 3 ਗਏ ਫੌਜ ਦੇ, ਉਹਨਾਂ ਨੇ ਆਖਿਆ ਅਸੀਂ ਪਿਛਾ ਮੋੜਨਾ। ਅਸੀਂ ਆਖਿਆ ਪਿਛਾ ਨਹੀਂ, ਜਿਹੜੇ ਜਿਉਂਦੇ ਇਹ ਵੀ ਮਾਰ ਦੇ। ਉਹ ਆਖਦਾ ਨਹੀਂ, ਤੁਹਾਨੂੰ 1 ਦਿਨ ਹੀ ਕੱਲਾ ਦੇ ਪਾਕਿਸਤਾਨ ਨੂੰ। ਉਹਨਾਂ ਨੇ ਪਿਛਾ ਸਾਨੂੰ ਉਠਾਇਆ ਨਾ ਗੋਲੇ ਵਾਲੇ ਫਰੀਦਕੋਟ ਦੇ ਵਿੱਚ ਦੀ ਸਲੇਮਾਨ ਵਾਲਾ ਕੇ ਦਿਨ ਟਾਪਾ। ਅੱਛਾ। ਹਾਂ, ਫਿਰ ਕੋਈ ਨਹੀਂ, ਜੇ ਕੋਈ ਹਾਲ ਪਾਉਂਦਾ ਜਾ। ਜਿੱਥੇ ਵਿਆਹੀ ਸੀ ਨਾ ਉੱਥੇ ਉਹਨਾਂ ਦਾ ਸਹੁਰਾ, ਉਹਦੀ ਗੱਲ ਚੱਲਦੀ, ਉਹਨੇ ਆਖਿਆ ਸਾਨੂੰ ਤੁਹਾਨੂੰ ਇੱਥੇ ਕੋਈ ਨੀ ਹੱਥ ਲਾ ਸਕਦਾ। ਜਦੋਂ ਅਮਨ ਹੋ ਗਿਆ ਨਾ ਉਦੋਂ ਗੱਲਾਂ ਦੇ, ਅਮਨ ਫਿਰ ਸਿੱਖਾਂ ਨੇ ਆਖਿਆ ਸੀ ਤੁਹਾਨੂੰ ਉਦੋਂ ਨੀ ਕੁਛ ਆਖਿਆ ਤੇ ਹੁਣ ਵੀ ਨੀ ਆਉਂਦੇ ਸੀ ਬੈਠੇ ਰਹੋ। ਕੀ ਨਾਂ ਸੀ? ਬੀਬੀ ਦਾ ਨਾਂ ਬੀਬੀ ਸੀ, ਅਸੀਂ ਆ ਜਾਂਦੇ ਸੀ। ਬੀਬੀ ਨਾਂ ਸੀ? ਹਾਂ, ਜਿਹੜਾ ਉਹਦਾ ਬੰਦਾ ਸੀ ਉਹਦਾ ਨਾਂ ਸ਼ਿਦਾਰ। ਅੱਛਾ। ਤੇ ਜਿਹੜਾ ਉਹਦਾ ਪਿਓ ਸੀ ਉਹਦੇ ਨਾਂ ਬੰਦੂ। ਬੰਦੂ, ਹਾਂਜੀ। ਇਹ ਵੀ ਮਲਕ ਤੇਲੀ ਸੀ? ਹਾਂਜੀ ਹਾਂਜੀ। ਇਹ ਕਿਹੜੀ ਜਗ੍ਹਾ ਬੈਠੇ ਸੀ? ਸਾਂਝੀਆਂ ਵਾਲੀ ਪਤੰਜੀ ਵਾਦੀ ਮੋਗੇ ਦੇ ਦੋ ਮੀਲ। ਸਾਂਝੀਆਂ ਵਾਲੀ ਤਲਵੰਡੀ? ਹਾਂਜੀ ਹਾਂਜੀ। ਸਾਂਝੀਆਂ ਵਾਲੀ ਤਲਵੰਡੀ ਮੋਗਾ ਕੋਲ? ਹਾਂ, ਮੋਗੇ ਕੋਲ। ਅੱਛਾ, ਹਾਂਜੀ। ਫਿਰ ਤੁਸੀਂ ਕਦੇ ਗਏ ਉਹਨਾਂ ਨੂੰ ਮਿਲਣ ਵਾਸਤੇ? ਪਿੱਛੇ ਗਿਆ ਮੈਂ, 20 ਸਾਲ ਹੋ ਗਏ
ਉਦੋਂ ਮੈਂ 3 ਮਹੀਨੇ ਰਹਿ ਕੇ ਆਇਆ। ਕਿੰਨੇ ਸਾਲ ਪਹਿਲੇ? 15-20 ਸਾਲ ਹੋ ਗਏ ਜਦੋਂ ਪਹਿਲਾਂ ਮੈਂ ਗਿਆ। ਅੱਛਾ, ਉਦੋਂ ਮੈਂ 3 ਮਹੀਨਿਆਂ ਦਾ, ਮੈਨੂੰ ਖੋਲ੍ਹ ਦਿੱਤੀ ਸੀ। 3 ਮਹੀਨੇ ਰਹਿ ਕੇ ਆਇਆ ਮੈਂ ਉੱਥੇ। ਉੱਥੇ 50 ਸਾਲ ਬਾਅਦ ਆਪਣੀ ਭੈਣ ਨੂੰ ਮਿਲੇ ਜਾ ਮੇਰੇ? ਹਾਂ। ਅਤੇ ਫਿਰ ਜਿਹੜੇ ਮਿਲੇ ਸੀ, ਕਿਵੇਂ ਕੀ ਹੋਇਆ ਸੀ ਉਹ? ਬਸ ਮਿਲੇ ਚੱਕਿਆ ਬਸ। ਅੱਛਾ, ਤੁਸੀਂ ਮਿਲੇ 50 ਸਾਲ ਬਾਅਦ ਜਾ ਕੇ ਭੈਣ ਨੂੰ, ਹੁਣ ਗਿਆ ਨੂੰ 3 ਸਾਲ 2.5 ਹੋ ਗਏ ਹੋਣੇ, 3-2.5 ਸਾਲ ਹੁਣ ਹੋ ਗਿਆ। 3-3 ਸਾਲ ਪਹਿਲੇ ਫਿਰ ਮਿਲਣ ਗਿਆ ਸੀ? ਹਾਂ, ਹੁਣ ਮੈਨੂੰ 3 ਸਾਲ ਹੋ ਗਿਆ ਇਹਨੂੰ। ਅੱਛਾ, ਹਾਂ ਵਾਜੀ ਵਾ, ਤੇ ਠੀਕ ਵਸਦੇ ਪਏ? ਬਿਲਕੁਲ ਠੀਕ ਆ। ਹੁਣ ਮੈਂ ਫਿਰ ਇਹ ਮੁੰਡੇ, ਉਹਦੇ ਮੁੰਡਿਆਂ ਦਾ ਕੀ ਨਾਂ ਆ? ਇੱਕ ਦਾ ਨਾਂ ਹੈਗਾ ਸੀ ਜੀ ਨਾਨਕ। ਨਾਨਕ ਉਹ ਹੁਣ ਮਰ ਗਿਆ। ਮਰ ਗਿਆ ਉਹਦਾ ਮੁੰਡਾ? ਹਾਂ, ਮੇਰੀ ਭੈਣ ਦਾ ਪੁੱਤਰ। ਅੱਛਾ ਠੀਕ, ਜਿਹੜਾ ਬੂਟਾ ਉਹ ਹੈਗਾ ਬੂਟਾ? ਹਾਂਜੀ ਠੀਕ ਹੈ। ਅਗਰ ਉਹਨਾਂ ਦੀ ਔਲਾਦਾਂ ਹੋਣਗੀਆਂ? ਹਾਂ ਹੈਗੀ, ਇੱਕ ਦਾ ਨਾਂ ਹੈਗਾ ਜੂਨੀ ਨੂਰ, ਇੱਕ ਦਾ ਨਾਂ ਨੂਰ ਆ, ਤੇ ਛੋਟੇ ਦਾ ਖਾਣ ਕੀ ਮੁਨੀਰ। ਮੁਨੀਰ ਤੇ ਨੂਰ ਫਰਾਦ, ਇਹ ਕਿਹਦੇ ਪੁੱਤਰ ਆ? ਇਹ ਬੂਟੇ ਦੇ ਪੁੱਤਰ ਆ, ਬੂਟੇ ਦੇ ਪੁੱਤਰ। ਯਾਨੀ ਕਿ ਦਾਦੀ ਲੱਗੀ? ਹਾਂਜੀ, ਬੀਬੀ ਜਿਹੜੀ ਇਹਨਾਂ ਦੀ, ਤੁਹਾਡੀ ਭੈਣ ਜਿਹੜੀ, ਉਹ ਦਾਦੀ ਲੱਗੀ ਇਹਨਾਂ ਮੁੰਡਿਆਂ ਦੀ, ਨੂਰ ਤੇ ਮੁਨੀਰ ਦੀ। ਹਾਂਜੀ ਇਹ ਠੀਕ ਹੈ, ਠੀਕ ਹੈ, ਠੀਕ ਹੈ। ਤੇ ਜਿਹੜਾ ਇਹਨਾਂ ਦੇ ਘਰਾਂ ਵਾਲਾ ਸੀ ਸਰਦਾਰ, ਉਹ ਜਿਉਂਦਾ? ਨਹੀਂ ਜੀ, ਉਹਨੂੰ ਮਰੀ ਨੂੰ ਬੋਡੀ ਡੇਰ ਹੋ ਗਈ। ਭੈਣ ਤੁਹਾਡੀ ਜਿਉਂਦੀ ਹੈ? ਭੈਣ ਜਿਉਂਦੀ, ਸਾਂਝੇ ਵਾਲੀ ਤਲਵੰਡੀ ਮੋਗਾ? ਹਾਂਜੀ ਠੀਕ ਹੈ, ਠੀਕ ਹੈ। ਇਹ ਦੱਸੋ ਵੀ ਜਿਸਲੇ ਤੁਸੀਂ ਆਪਣੇ ਵਾਪਸ ਪਿੰਡ ਵੀ ਗਏ ਸੀ, ਤੁਸੀਂ ਟੁੱਡੀ ਵਿੱਚ ਵੀ? ਹਾਂ, ਫਿਰ ਵੀ ਮੈਂ ਗਿਆ ਟੁੱਡੀ। ਟੁੱਡੀ ਵੇਖੀ? ਹਾਂ। ਹੁਣ ਜੇ ਕੱਚੇ ਪੱਕੇ ਜਗੜਿਆਂ ਦੇ ਪੱਕੇ ਪਾ ਲਏ, ਟੁੱਡੀ ਮੈਂ ਮਿਲ ਕੇ ਆਇਆ। ਉਦੋਂ ਬੰਦੇ ਮੇਰੇ ਵੱਜੇ ਸੀ, ਸੁਣੇ ਸੀ ਉਦੋਂ ਜਿਉਂਦੇ ਸੀ, ਤੇ ਹੁਣ ਜਦੋਂ ਮੈਂ ਗਿਆ ਨਾ, ਇੱਕ ਬੰਦਾ ਜਿਹੜਾ ਤੁਹਾਨੂੰ ਦੱਸਿਆ ਨਾ ਫੋਟੋ, ਹਾਂ ਵਿਖਾਓ ਜ਼ਰਾ ਫੋਟੋ ਵਿਖਾਓ ਸਾਨੂੰ। ਇਹ ਤੁਹਾਡਾ ਬੇਲੀ ਸੀ? ਇਹ ਬੇਲੀ ਸੀ, ਇਕੱਠੇ ਕੌਡੀਆਂ ਵੀ ਖੇਡੀਏ, ਸਾਰੇ ਕੰਮ ਕਰ ਰਹੇ। ਤੁਸੀਂ ਫੋਟੋ ਲੈ ਕੇ ਆਏ ਹੁੰਦਾ? ਉਹਨੇ ਘੱਲੇ ਪੈਸੇ ਤੇ ਫੋਟੋ। ਵਾਜੀ ਵਾ, ਵਾਜੀ ਵਾ, ਇਹ ਫੋਟੋ, ਇਹ ਕਿੰਨਾ ਫੋਟੋ ਹੈ? ਇਹ ਮਹਿੰਦਰ ਸਿਉਂ ਦਾ। ਮਹਿੰਦਰ ਸਿਉਂ ਹੈ? ਹਾਂ, ਕਿੰਨਾ ਕੌਡੀ ਖੇਡਦੇ ਸੀ ਤੁਸੀਂ? ਹਾਂਜੀ ਹਾਂਜੀ। ਇਹ ਬਟੂਆ ਵੀ ਉਹਨੇ ਘੱਲਿਆ? ਉਹ ਸਭ ਕੁਝ ਉਸੇ ਨੇ ਘੱਲਿਆ। ਇਹ ਲੈ ਵਿਖਾਓ ਨਾ ਆਪਣੇ ਹੱਥੀ ਫੜ ਕੇ, ਇਹਨਾਂ ਨੂੰ ਦਿਖਾਓ ਜ਼ਰਾ ਸਾਨੂੰ ਇੱਥੇ। ਹਾਂ, ਇਹ ਫਿਰ ਤੁਹਾਡੇ ਨਾਲ ਮਹਿੰਦਰ ਸਿੰਘ ਕੌਡੀ ਖੇਡਦਾ ਹੁੰਦਾ ਸੀ? ਹਾਂਜੀ ਹਾਂਜੀ। ਅੱਛਾ ਠੀਕ ਹੈ, ਇਹ ਵੇਖੋ, ਛੱਡੋ ਜੀ ਇੱਥੇ। ਅੱਛਾ, ਇਹ ਤੁਹਾਨੂੰ ਉੱਥੇ ਗਿਆਨ ਨੂੰ ਦਿੱਤਾ ਸੀ ਉਹਨੇ? ਨਹੀਂ ਜੀ, ਉਹ ਜਦੋਂ ਅਸੀਂ ਗਏ ਨਾ, ਉਹਨੇ ਫਿਰ ਅਸੀਂ ਆਏ ਨਾ ਜੀ ਜੀ, ਤੇ ਉਹ ਫਿਰ ਬੰਦੇ ਨੂੰ ਘੱਲਿਆ, ਪੈਸੇ ਵੀ ਘੱਲੇ ਜੀ ਜੀ। ਠੀਕ ਹੈ, ਪੈਸੇ ਕਿੱਥੇ ਤੁਹਾਨੂੰ ਉੱਥੇ ਦਿੱਤੇ ਸੀ ਗਿਆਨ ਨੂੰ? ਇੱਥੇ ਰੇਟ ਚ ਘੱਲੇ ਉਹਨੇ ਫਿਰ। ਅੱਛਾ, ਤੁਹਾਡੇ ਆਉਣ ਤੋਂ ਬਾਅਦ? ਬਾਅਦ ਪੈਸੇ ਵਿਖਾਓ ਸਾਨੂੰ ਕੱਢ ਕੇ, ਕਿਹੜੇ ਪੈਸੇ ਘੱਲਿਆ ਤੁਹਾਨੂੰ ਮਹਿੰਦਰ ਸਿੰਘ ਨੇ? ਇੱਥੇ ਆਪਦੇ ਕੋਲ ਕੋਲ ਹੀ ਰੱਖੋ ਇਹਨਾਂ ਨੂੰ। ਅੱਛਾ ਜੀ, ਵਾਹ ਜੀ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ। ਇਹ ਪੈਸੇ ਉਹਨੇ ਕਿਉਂ ਘੱਲੇ ਸੀ ਤੁਹਾਨੂੰ? ਵੀ ਖਾ ਪੀ ਲਵੇ। ਅੱਛਾ, ਵਾਹ ਜੀ ਵਾਹ, ਇਹਦੇ ਲੋਕੀ ਨੋਟ ਬੜੇ ਲੈ ਗਏ ਲੋਕੀ, ਯਾਰ ਸੋਹਣੇ ਲੱਗਦੇ ਆ ਇਹਦੇ। ਅੱਛਾ ਅੱਛਾ, ਸੱਜਾ ਜੀ ਨਾਲ। ਹਾਂ, ਅੱਛਾ ਵੇਖੋ, ਇਹ ਮਹਿੰਦਰ ਸਿੰਘ, ਹਾਂਜੀ, ਤੁਹਾਡੇ ਨਾਲ ਕੌਡੀ ਖੇਡਦਾ ਸੀ, ਹਾਂਜੀ, ਪਾ ਲਓ ਜੇਬ ਚ ਪਾ ਲਓ। ਹਾਏ ਹਾਏ ਰੱਬਾ। ਅੱਛਾ ਇਹ ਦੇਖੋ ਜੀ, ਪਾਰਟੀਸ਼ਨ ਦੀ ਕਹਾਣੀਆਂ ਇਹੋ ਜਿਹੀਆਂ ਕਹਾਣੀਆਂ ਨੇ ਜਿਹਦੇ ਵਿੱਚ ਇੱਕ ਜਗ੍ਹਾ ਤੇ ਬੰਦੇ ਰੋ ਪੈਂਦਾ, ਅੱਖਾਂ ਵਿੱਚ ਹੰਝੂ ਆ ਜਾਂਦੇ ਆ, ਔਰ ਅੱਗੇ ਚੱਲ ਕੇ ਕੋਈ ਇਹੋ ਜਿਹਾ ਮੋੜ ਵੀ ਆਉਂਦਾ ਜਦੋਂ ਬੰਦਾ ਦਿਲ ਰੂਹ ਰਾਜ਼ੀ ਹੋ ਜਾਂਦੀ ਹੈ। ਇੱਕ ਪਾਸੇ ਵੱਡ ਵਡੰਗਾ ਤੁਹਾਨੂੰ ਨਜ਼ਰ ਆਉਂਦਾ, ਤੇ ਦੂਜੇ ਪਾਸੇ ਲੋਕ ਪਨਾਹ ਦਿੰਦੇ ਵੀ ਨਜ਼ਰ ਆਉਂਦੇ ਨੇ। ਇੱਕ ਪਾਸੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹੋਏ ਨੇ, ਦੂਜੇ ਪਾਸੇ ਉਹ ਬੰਦੇ ਨੂੰ ਬਚਾਉਣ ਨਹੀਂ, ਉਹ ਹੀ ਬਚਾਉਂਦੇ ਪਏ ਆ। ਬੰਦਾ ਹੀ ਬੰਦੇ ਦਾ ਮਾਰੂ ਤੇ ਬੰਦਾ ਹੀ ਬੰਦੇ ਦਾ ਦਾਰੂ ਬਣਦਾ ਨਜ਼ਰ ਆਉਂਦਾ। ਤੇ ਮਹਿੰਦਰ ਸਿੰਘ ਤੇ ਬਾਬਾ ਜੀ ਅਲੀ ਮੁਹੰਮਦ ਉਰਫ ਜੱਗਾ ਦੀ ਯਾਰੀ 70 ਸਾਲ ਲੰਘੇ ਆ, ਅਜੇ ਵੀ ਵੇਖੋ ਇਸ ਤਰ੍ਹਾਂ ਦੀ ਹੈ ਕਿ ਗਿਆਨ ਨੂੰ ਉਹ
ਅੱਛਾ ਗਿਆਨ ਤੁਹਾਨੂੰ ਮਿਲਿਆ ਸੀ ਉਹ ਬਾਬਾ? ਨਹੀਂ, ਜਦੋਂ ਮੈਂ ਉਹ ਲਾਮ ਗਿਆ ਸੀ, ਮੈਂ ਜਿੱਥੇ ਆਇਆ ਨਾ ਮੋਗੇ, ਉੱਥੇ ਆਇਆ, ਫਿਰ ਉਹਨੂੰ ਮਗਰੋਂ ਪਤਾ ਲੱਗਿਆ ਵੀ ਢੁੱਡੀ ਚ ਬਾਬਾ ਆਇਆ, ਜੱਗਾ ਆਇਆ ਸੀ, ਆਇਆ ਉਹਨੂੰ ਪਤਾ ਲੱਗਾ, ਉੱਥੇ ਸਰਨਾਵਾਂ ਲੈ ਕੇ ਨਾ ਉੱਥੇ ਗਿਆ। ਫਿਰ ਉਹਨੂੰ ਮੈਨੂੰ ਇਹੋ ਗੱਲ ਪਹਿਲਾਂ ਪੁੱਛੀ ਵੀ ਜਿਹੜਾ ਸੁਲੇਮਾਨ ਤੇ ਪਚਿੱਤਰ ਕਿਹਨੇ ਮਾਰੇ ਸੀ ਅਮਨ ਚ? ਮੈਂ ਕਿਹਾ ਉਹ ਫਰਾਨਿਆ ਬੰਦਿਆਂ ਨੇ ਮਾਰੇ ਤੇ ਚੰਦਾ ਵਾਲੀ ਖੂਹ ਜੀ ਛੱਟੇ ਸੀ। ਅੱਛਾ, ਆਖ ਲੱਗਾ ਠੀਕ ਆ। ਉਦੋਂ ਅਮਨ ਸੀ, ਅਮਨ ਚ ਉਹਨਾਂ ਦੁਸ਼ਮਣੀ ਸੀ ਤੇ ਉਹ ਮਾਰ ਕੇ ਛੱਟੇ। ਇਹ ਗੱਲ ਪਹਿਲਾਂ ਪੁੱਛੀ। ਕਿੰਨਾ ਕਿੰਨਾ ਦੀ ਦੁਸ਼ਮਣੀ ਹੁੰਦੀ ਸੀ ਆਪਸ? ਉਹ ਸੀ ਪੈਰਾ ਸੀ ਜਨਾਨੀ ਨਾਲ ਕੋਈ ਬੰਦਾ ਬੰਦੇ। ਮਰ ਗਿਆ ਸੀ, ਉਹਦੇ ਪੁੱਤਰ ਦੀ ਹੱਟੀ ਸੀ। ਅੱਛਾ, ਉਦੋਂ ਵੀ ਉਹਦੀ ਹੱਟੀ ਸੀ ਨੱਥੂ ਦੀ? ਹਾਂ, ਇਹ ਨੱਥੂ ਮਹਾਜਨ ਸੀ? ਮਹਾਜਨ ਸੀ, ਮਹਾਜਨ। ਅੱਛਾ, ਉਹਦੀ ਹੱਟੀ ਤੇ ਆ ਗਿਆ, ਹੱਟੀ ਤੇ ਉਹਨੂੰ ਮਰ ਗਿਆ ਸੀ ਉਹਦੇ ਪੁੱਤਰ। ਚੌਂਕ ਚ ਮੰਜੇ ਡੱਠੇ ਆ ਗਏ, ਕੋਈ ਇੱਧਰੋਂ ਆ ਗਿਆ, ਆਤਮਲਾ ਆਤਮਲਾ, ਜਿੰਨੇ ਪੈਸੇ ਮੇਰੇ ਇਹਦੇ ਖਰਚੇ ਹੋਏ ਨਾ, ਉਹਦੇ ਬਹੁਤੇ ਮੈਨੂੰ ਉੱਥੇ ਹੋ ਗਏ। ਅੱਛਾ, ਪੈਸੇ ਦੇਣ ਲੱਗ ਪਏ ਤੁਹਾਨੂੰ? ਕੋਈ ਥੋੜੇ ਦਿੰਦੇ ਸੀ, ਕੋਈ ਮੈਂ ਹੱਸਦਾ ਨੀ ਵੇਖਿਆ ਮਾਨਣਾ ਬੰਦਾ, ਸਾਰੇ ਰੋਂਦੇ ਆਉਂਦੇ ਸਾਡੇ। ਤੁਸੀਂ ਗਏ ਹੋ? ਹਾਂ, ਉਹ ਸਾਡੇ ਮਾਂ ਪਿਓ ਦੀਆਂ ਗੱਲਾਂ ਕਰਦਾ, ਉਹ ਘਰ ਵੇਖਣ ਗਏ। ਮੈਂ ਕਿਹਾ ਘਰ ਵੇਖਣ ਗਏ ਅਸੀਂ ਨਾਲ ਸਾਰੇ ਬੰਦੇ ਬੈਠੇ,
ਕੋਈ ਇੱਧਰ ਬਿਸਕੁਟ ਲਈ ਆਉਂਦਾ, ਕੋਈ ਚਾਹ ਲਈ ਆਉਂਦਾ, ਕੋਈ ਕੁਛ ਲਈ ਆਉਂਦਾ। ਅੱਛਾ, ਬੜਾ ਪਿਆਰ ਮਿਲਿਆ। ਬਹੁਤ ਜ਼ਿਆਦਾ। ਅੱਛਾ, ਫਿਰ ਕੀ ਕਹਿੰਦੇ ਪਾਕਿਸਤਾਨ ਚੋਂ ਆਇਆ? ਹਾਂ, ਪਾਕਿਸਤਾਨ। ਫਿਰ ਤੁਹਾਨੂੰ ਪੁੱਛਦੇ ਸੀ ਵੀ ਸਾਡੇ ਬਾਬੇ ਦੀ ਗੱਲ ਸੁਣਾਓ, ਸਾਡੇ ਦਾਦੇ ਦੀ ਗੱਲ। ਹਾਂ 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 ਯਾਰ, ਜਦੋਂ ਤੁਸੀਂ ਮੇਰੇ ਬਾਬੇ ਹੋਣੀ ਸੀ ਉਦੋਂ ਤੂੰ ਕਿੱਡਾ ਕੁ ਸੀ, ਚੰਗਾ ਬੜਾ ਜਵਾਨ ਸੀ। ਉਹ ਗਦਿਆਲ ਤੇ ਕਿਸ਼ਨਾ ਮਾਰੇ ਸੀ ਕਿ ਨਹੀਂ? ਹਾਂ, ਠੀਕ ਹੈ। ਕਿਸ਼ਨਾ ਦੇ ਗਦਿਆਲ ਤੇ ਉਹ ਚੰਦਾ ਦੇ ਖੂਹ ਜਮਾਂ ਹੋ ਜਾਂਦੇ ਉੱਥੇ ਆਈਆਂ ਸੀ। ਉਹਦਾ ਤੂੰ 100 ਸਾਲ ਦੀ ਗੱਲ ਕਰਦੀ ਅੱਗੇ। ਅੱਛਾ, ਹਾਂ ਮੈਂ ਕਿਹਾ ਹੈ ਲੱਗੇ ਸੀ। ਇਹ ਬਹੁਤ ਅੱਛਾ। ਮੈਂ ਆਖਿਆ ਵੀ ਹੁਣ ਚਲ ਗਏ ਆਪਾਂ, ਮੈਂ ਠੀਕ ਨਹੀਂ ਸੀ। ਮੋਟਰ ਚਲੇ ਤੇ ਕੋਈ ਮੁਰੱਬਾ ਕੁ ਮੋਟਰ ਚਲੀ ਗਈ ਮੇਰੇ ਪਿੱਛੇ, ਮੋਟਰਸਾਈਕਲ ਤੇ ਆਇਆ ਬੰਦਾ ਕਰਦਾ ਆਵੇ। ਕੱਲੂ ਨੂੰ ਜਾਣਦਾ ਸੀ, ਮੈਂ ਕਿਹਾ ਕੱਲੂ ਮੇਰੀ ਸੀ, ਉਹਦੀ ਕੰਧ ਸਾਂਝੀ ਸੀ, ਅਸੀਂ ਉਹਦੀ ਵੋਟੀ ਸੱਦਦੀ ਆ। ਫਿਰ ਉਹ ਮੁੜੇ, ਤੁਸੀਂ ਵਾਪਸ ਗਏ? ਕੱਲੂ ਦੇ ਘਰ ਆਣੀ ਸੱਦੀ ਮਲੂ ਪੈਸੇ ਪਾਏ ਜੇ ਚ, ਇੱਥੇ ਚਾਹ ਆ ਗਈ, ਬਿਸਕੁਟ ਆ ਗਿਆ। ਅੱਛਾ, ਬਾਪੂ ਫੇਰ ਆਉਂਦੇ, ਮੈਂ ਗੱਲਾਂ ਨੂੰ ਪਤਾ ਮਾਂ। ਬੜਾ ਪਿਆਰ ਮਿਲਿਆ। ਹਾਂ, ਬੜਾ ਮਿਲਿਆ। ਕੋਈ ਲੋਕ ਪੁਰਾਣੀਆਂ ਗੱਲਾਂ ਯਾਦ ਕਰਕੇ ਰੋਏ ਵੀ ਸੀ? ਥੋੜ੍ਹੇ ਕੋਈ ਥੋੜ੍ਹੇ। ਬਹੁਤ ਅੱਛਾ, ਇੰਨਾ ਪਿਆਰ ਹੈ, ਇੰਨਾ ਪਿਆਰ ਹੈ, ਨਫ਼ਰਤ ਕਿੱਥੋਂ ਆਉਂਦੀ ਹੈ ਵਿੱਚੋਂ? ਉਹ ਸੀ ਜਿਹੜੇ ਨਾ ਰਾਮ ਦੇ ਬੰਦੇ, ਲਾਮ ਦੇ ਸੀ ਨਾ ਜਿਹੜੀ ਬੰਦੇ, ਤੂੰ ਮੇਰੇ ਚੱਕ ਦੇ ਮਰਵਾ ਦਿੱਤੇ ਆ, ਮੈਂ ਤੇਰੇ ਚੱਕ ਦੇ ਮਰਵਾ ਤੇ। ਤੁਸੀਂ ਤਾਂ ਦੱਸਿਆ ਵੀ ਉਦੋਂ ਪੁਲਿਸ ਨੇ ਜ਼ਿਆਦਾ ਭੈੜਾ ਕਿਰਦਾਰ ਅਦਾ ਕੀਤਾ। ਫਰੀਦਕੋਟ ਦੇ ਗਲੀ ਗਏ ਸੀ, ਤੁਸੀਂ ਅੱਗੇ ਗਾਫਲੇ ਕਰ ਦਿੱਤੇ ਆ, ਨਹੀਂ ਮਾਰਨ ਦਿੱਤੇ, ਹੁਣ ਤੁਹਾਨੂੰ ਆਹ ਗਾਫਲਾ ਮਾਰ ਲੈਣ ਦੇ। ਉਹਨੇ ਆਖਿਆ ਚੰਗਾ, ਫਿਰ ਐਂ ਕਰ ਲਿਆ ਮੁਕਤਸਰ ਨੂੰ। ਉਹ ਜਿਹੜੀ ਮੁਕਤਸਰ ਦੇ ਕੋਲ ਨਹਿਰ ਸੀ ਨਾ, ਬਹੁਤ ਵੱਡੀ ਸੀ। ਅੱਛਾ, ਉੱਥੇ ਬੜੀ, ਫਿਰ ਉੱਥੇ ਮੇਰਾ ਮਾਂ ਪਿਓ ਉੱਥੇ ਗਰ ਦਿੱਤੀ। ਤੁਹਾਡਾ ਮਾਂ ਪਿਓ ਮਾਰਿਆ ਗਿਆ ਸੀ ਉੱਥੇ? ਮਾਰ, ਤੁਸੀਂ ਨਾਲ ਸੀ ਉਹਨੇ? ਗਾਫਲਾ 20-25 ਕੋਲ ਦਾ ਗਾਫਲਾ ਲੰਮਾ ਸੀ, ਕੋਈ ਕਿੱਧਰ ਗਿਆ, ਕੋਈ ਕਿੱਧਰ ਗਿਆ, ਕੋਈ ਕਿੱਧਰ ਗਿਆ। ਜਿਹੜਾ ਲੰਮਾ ਪੈ ਗਿਆ ਉਹ ਬਚ ਗਿਆ, ਜਿਹੜਾ ਪੱਚਿਆ ਸੀ ਉਹਨੂੰ ਬਸ। ਅੱਛਾ, ਮਾਂ ਪਿਓ ਦਾ ਤੁਹਾਨੂੰ ਲਾਸ਼ਾਂ ਵੀ ਨਹੀਂ ਮਿਲੀਆਂ? ਨਾ ਨਾ, ਮੇਰੇ ਪਿਓ ਦੇ ਸਿੱਧੇ ਚ ਪੈਸੇ ਚੌਂਕੇ ਸੀ, ਕਾਲੀ ਚੱਗੀ ਸੀ, ਨਾ ਲੱਭੀਆਂ ਨੀ। ਤੁਹਾਡੇ ਭੈਣ ਭਰਾ ਨਾਲ ਪਹੁੰਚ ਗਏ ਇੱਧਰ ਜਿਹੜੇ? ਹਾਂ, ਮੇਰੇ ਪੰਜੇ ਭਰਾ ਸੀ ਇੱਧਰ ਆ ਗਏ। ਮਾਂ ਪਿਓ ਰਾਹ 'ਚ ਮਾਰਿਆ ਗਿਆ? ਮਾਂ ਪਿਓ ਮਾਰਿਆ ਗਿਆ। ਆਪਣਾ ਘਰ ਵੇਖ ਕੇ ਪੁਰਾਣਾ ਦਿਲ ਤਾਂ ਬੜਾ ਬੁਰਾ ਹੋਇਆ ਹੋਣਾ। ਜਿਹੜੇ ਤੁਸੀਂ ਰੋਏ ਸੀ ਉੱਥੋਂ ਦੇ ਲੋਕਾਂ ਦੀਆਂ ਅੱਖਾਂ ਵੀ ਤਾਂ ਹੰਝੂ ਆਏ? ਸਾਰੇ ਰੋਂਦੇ ਸੀ, ਕੋਈ ਹੱਸਦਾ ਮੈਂ ਵੇਖਿਆ ਨੀ। ਸਭ ਬਾਬਾ ਜੀ, ਕੋਈ ਗੱਲ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਵਾਲੇ ਲੋਕਾਂ ਨੂੰ? ਕਿਸ਼ਰਾ, ਕੋਈ ਗੱਲ ਕਹਿਓ ਨਾ, ਤੁਹਾਨੂੰ ਤੁਹਾਡੇ ਪਿੰਡ ਵਾਲੇ ਦੇਖਦੇ ਪਏ ਆ ਇਸ ਵੇਲੇ ਜੀ। ਉਹਨਾਂ ਨੂੰ ਕੋਈ ਗੱਲ ਕਹਿਣਾ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਪਿਆਰ ਦੀ ਗੱਲ ਕਰਨਾ ਚਾਹੁੰਦੇ ਹੋ? ਕੋਈ ਨੀ, ਬਸ ਠੀਕ ਠਾਕ ਅੱਲਾ ਕੀਤਾ, ਕਿਤੇ ਜਿੰਦੇ ਰਹਿਣਾ ਜਾਵਾਂਗੇ। ਬਿਲਕੁਲ ਮਿਲਣ ਆਵੇਗਾ, ਜਾਵਾਂਗੇ। ਬਾਬਾ ਅਲੀ ਮੁਹੰਮਦ ਜੱਗਾ ਜ਼ਰੂਰ ਮਿਲਣ ਆਵੇਗਾ ਆਪਣੇ ਪਿੰਡ ਢੁੱਡੀ ਵਾਲਿਆਂ ਨੂੰ। ਅਤੇ ਢੁੱਡੀ ਵਾਲੇ ਲੋਕੋ, ਮੋਗੇ ਵਾਲੇ ਲੋਕੋ, ਰਿਆਸਤ ਫਰੀਦਕੋਟ ਵਾਲੇ ਲੋਕੋ, ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਵਾਲੇ ਲੋਕੋ, ਪਿਆਰ ਕਰਨਾ ਸਿੱਖੋ, ਨਫ਼ਰਤ ਦੀਆਂ ਵੱਲਾਂ ਨੂੰ ਦਾਤਰੀ ਫੇਰੋ। ਹੂੰ।
ਜਾਓਗੇ ਤੁਸੀਂ ਆਪਣੇ ਪਿੰਡ, ਹੁਣ ਖੁਸ਼ ਹੋ ਕੇ ਜਾਓਗੇ ਆਪਣੇ ਪਿੰਡ। ਬਾਓ ਮੁੰਡੇ ਨੂੰ ਮੈਂ ਆਖਿਆ ਵੀ ਅਸੀਂ ਆਪਾਂ ਮਹੀਨੇ ਪਿੰਡ ਖਾਣਾ ਤੁਹਾਨੂੰ, ਖੁਸ਼ ਵੀ ਤਾਂ ਕਰੀਏ ਤੁਹਾਨੂੰ, ਤੁਸੀਂ ਸਾਨੂੰ ਰੋਇਆ ਬਹੁਤ ਰੋਇਆ, ਪੂਰਾ ਇੰਟਰਵਿਊ ਕਰਦੇ ਸਾਡੀ ਅੱਖਾਂ ਨੀ ਸੁੱਕੀਆਂ। ਠੀਕ ਹੈ, ਹੁਣ ਤੁਹਾਨੂੰ ਅਸੀਂ ਪਿੰਡ ਖਾਣਾ ਆਪਣਾ। ਅੱਛਾ, ਹਾਂ ਢੁੱਡੀ ਲੈ ਕੇ ਜਾਣਾ। ਅੱਛਾ, ਚੰਗਾ ਚੰਗਾ, ਖੁਸ਼ ਰਿਹਾ ਕਰੋ। ਆਪਣਾ ਪਿੰਡ ਦਾ ਨਾਂ ਆਉਂਦਾ ਹੀ ਖੁਸ਼ ਹੋ ਜਾਂਦਾ ਬਾਬਾ। ਹਾਂ, ਜਾਣਾ ਢੁੱਡੀ, ਢੁੱਡੀ ਖਾਣਾ ਨਾ ਸਾਂਝੀ ਵਾਲੀ ਤਲਵੰਡੀ। ਤੁਹਾਡੇ ਨਾਲ ਜਾ ਕੇ ਤੇ ਮੈਂ ਪੰਜ ਗ੍ਰਹਿ ਲੈ ਕੇ ਜਾਵਾਂਗਾ। ਬਾਬਾ ਆਪਣੇ ਕੋਲ ਬੈਠਾ ਬਾਬਾ ਬਸ਼ੀਰ ਅਹਿਮਦ, ਇਹਨੂੰ ਪੰਜ ਗ੍ਰਹਿ ਕਲਾਮ ਖਾਣਾ। ਭਾਈ ਉੱਥੇ ਰਹਿ ਗਿਆ ਸੀ, ਮੈਨੂੰ ਜਿਹੜੀ ਮੇਰੀ ਭੈਣ ਦੀ ਧੀ ਆ ਨਾ, ਉਹ ਇਹਦੇ ਭਰਾ ਦੇ ਘਰੇ ਸੀ। ਅੱਛਾ ਅੱਛਾ ਅੱਛਾ, ਉਦੋਂ ਮੁਸਲਮਾਨ ਵਾਗਾ ਕੋਈ ਸੀ, ਮੁਸਲਮਾਨ ਵੇਖ ਕੇ ਨਾ, ਇਹ ਅਸੀਂ ਤੇਲੀ ਸੀ, ਇਹ ਜਲਾਏ ਸੀ। ਅੱਛਾ 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 ਅੱਛਾ, ਠੀਕ ਹੈ। ਜਿਹੜੀ ਤੁਹਾਡੀ ਭੈਣ ਦੀ ਧੀ ਹੈ ਜੀ ਜੀ, ਉਹ ਇਹਦੇ ਭਰਾ ਦੇ ਘਰੇ, ਇਹ ਜਿਹੜਾ ਬਾਬਾ ਬਸ਼ੀਰ ਅਹਿਮਦ ਬਸ਼ੀਰ ਦੇ ਘਰ। ਅੱਛਾ ਅੱਛਾ ਅੱਛਾ, ਜਿੰਨਾ ਅਸੀਂ ਇੰਟਰਵਿਊ ਕੁਝ ਦਿਨ ਪਹਿਲੇ ਸ਼ਾਇਆ ਕਰ ਚੁੱਕੇ ਹਾਂ, ਇਹ ਦਿਖਾਉਂਦੇ ਹਾਂ ਜੀ। ਬਾਬਾ ਬਸ਼ੀਰ ਅਹਿਮਦ ਜੀ ਕੁਝ ਦਿਨ ਪਹਿਲੇ ਇਹਨਾਂ ਦੇ ਭਾਈ ਬਾਰੇ ਅਸੀਂ ਇੰਟਰਵਿਊ ਦੱਸਿਆ ਸੀ ਵੀ ਉੱਥੇ ਰਹਿ ਗਏ ਸੀ। ਇਹਨਾਂ ਦੇ ਭਾਈ ਦੇ ਘਰ ਬਾਬੇ ਅਲੀ ਮੁਹੰਮਦ ਦੀ ਭਾਣ ਜੀ ਸੀ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਠੀਕ। ਰਸ਼ੀਦ ਦੇ ਘਰ, ਰਸ਼ੀਦ ਦੇ ਘਰ, ਰਸ਼ੀਦ ਦੇ ਘਰ, ਜਿਹੜਾ ਜਿੰਨਾ ਕਿ ਨਾਂ ਉੱਥੇ ਰੱਖਿਆ ਸੀ। ਹਾਂਜੀ ਹਾਂਜੀ, ਸਰਵਨ 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 ਦੇ ਘਰ ਤੁਹਾਡੀ ਭਾਣਜੀ ਹੈ। ਭਾਣਜੀ ਬਾਬਾ ਜੀ, ਬੜੀ ਮਿਹਰਬਾਨੀ, ਸਾਡੀਆਂ ਦੁਆਵਾਂ ਤੁਹਾਡੇ ਵਾਸਤੇ ਨੇ, ਅੱਲਾ ਤੁਹਾਨੂੰ ਖੁਸ਼ ਰੱਖੇ, ਅੱਲਾ ਤੈਨੂੰ ਰਾਜ਼ੀ ਰੱਖੇ, ਜਿੰਦਾ ਰੱਖੇ, ਫੇਰ ਵੀ ਅੱਲਾ ਮੇਰੇ ਕਰਾਇਆ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ।